ਪਾਰਟੀ ਦੇ ਪ੍ਰਧਾਨ ਵੱਲੋਂ ਕਿਹਾ ਜਾ ਰਿਹਾ ਕਿ ਐਕਸ਼ਨ ਲਿਆ ਜਾਏਗਾ, ਪਰ ਅੱਜ ਤੱਕ ਪ੍ਰਧਾਨ ਐਕਸ਼ਨ ਕਿਉਂ ਨਹੀਂ ਲੈ ਸਕਿਆ? ਰਾਜਾ ਪੜਿੰਗ ਦਾ ਅਧਿਕਾਰ ਖੇਤਰ ਪ੍ਰਧਾਨ ਦਾ ਇਹ ਹੈ ਬਈ ਉਹ ਆਪਣੀ ਰਿਕਮੈਂਡੇਸ਼ਨ ਹਾਈ ਕਮਾਂਡ ਨੂੰ ਭੇਜ ਦੇਵੇ, ਪਰ ਉਹ ਰਿਕਮੈਂਡੇਸ਼ਨ ਲਈ ਵੀ ਕੋਈ ਤੱਥ ਚਾਹੀਦੇ ਨੇ, ਤੱਥਾਂ 'ਤੇ ਰਿਕਮੈਂਡੇਸ਼ਨ ਦੇ ਦੇਵੇ, ਫਿਰ ਉਹਨਾਂ ਦੀ ਡਿਸਿਪਲਿਨਰੀ ਕਮੇਟੀ ਦੇਖੇਗੀ, ਫਿਰ ਉਹ ਫੈਸਲਾ ਕਰੇਗੀ। ਕਾਂਗਰਸ ਦੀ ਸਮਰੱਥਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਕੱਢ ਦੇਣ, ਬੇਸ਼ੱਕ ਉਸ ਨੇ ਪਾਰਟੀ ਦਾ ਉਹ ਹਾਲ ਕਰਨਾ, ਮੈਂ ਕਹਿਣ ਕੋਈ ਝਿਜਕ ਨਹੀਂ ਮਹਿਸੂਸ ਕਰਦਾ ਜੋ 2022 ਦੀਆਂ ਇਲੈਕਸ਼ਨਾਂ 'ਚ ਹੋਇਆ ਸੀ। ਨਵਜੋਤ ਸਿੱਧੂ ਨੂੰ ਚੈਲੰਜ, ਲੇਕਿਨ ਰਾਜਾ ਵੜਿੰਗ ਹੋਣਾ ਦੇ ਇਸ ਬਿਆਨ ਤੋਂ ਅਰਥ ਜਿਹੜੇ ਆ ਉਹ ਬੜੇ ਨਿਕਲਦੇ ਆ, ਰਾਜਨੀਤਿਕ ਤੌਰ 'ਤੇ ਜੇ ਕੱਢਣੇ ਹੋਣ, ਕਿ ਇੰਨੇ ਦਿਨਾਂ ਤੋਂ ਪਾਰਟੀ ਦੇ ਪ੍ਰਧਾਨ ਵੱਲੋਂ ਕਿਹਾ ਜਾ ਰਿਹਾ ਕਿ ਐਕਸ਼ਨ ਲਿਆ ਜਾਏਗਾ, ਪਰ ਅੱਜ ਤੱਕ ਪ੍ਰਧਾਨ ਐਕਸ਼ਨ ਕਿਉਂ ਨਹੀਂ ਲੈ ਸਕਿਆ? ਕਿ ਜਿਹੜਾ ਪ੍ਰਧਾਨ ਹੁੰਦਾ ਸਟੇਟ ਦਾ, ਉਹਦੇ ਕੋਲ ਕੋਈ ਪਾਵਰ ਨਹੀਂ ਹੈਗੀ, ਸਿਰਫ ਹਾਈ ਕਮਾਂਡ ਹੀ ਕਰਦੀ ਹੈ, ਅਤੇ ਜੇ ਸਭ ਕੁਝ ਹਾਈ ਕਮਾਂਡ ਕਰਦੀ ਹੈ ਤਾਂ ਫਿਰ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਗੱਠਜੋੜ ਦੀ ਗੱਲ ਹੋ ਰਹੀ ਹੈ, ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ, ਉਹਦੇ 'ਤੇ ਵੀ ਕਈ ਸਵਾਲ ਉੱਠਣਗੇ। ਉਜਾਗਰ ਸਿੰਘ ਜੀ, ਤੁਸੀਂ ਰਾਜਨੀਤੀ ਨੂੰ ਬੜਾ ਨੇੜਿਓਂ ਸਮਝਦੇ ਹੋ, ਪਾਰਟੀਆਂ ਦੇ ਅੰਦਰੂਨੀ ਤੰਤਰ ਨੂੰ ਸਮਝਦੇ ਹੋ, ਅੱਜ ਦੇ ਰਾਜਾ ਵੜਿੰਗ ਹੋਣਾ ਦੇ ਇਸ ਬਿਆਨ ਤੋਂ ਸਮਝ ਲਿਆ ਜਾਵੇ ਕਿ ਪਾਰਟੀ ਸਖ਼ਤ ਹੋ ਰਹੀ ਹੈ, ਨਵਜੋਤ ਸਿੱਧੂ ਨੂੰ ਕੱਢ ਦੇਣਗੇ ਬਾਹਰ, ਹਿੰਮਤ ਹੈ ਇਹਨਾਂ 'ਚ? ਬੜੈ ਸਾਹਿਬ, ਇਹ ਜਿਹੜੇ ਸਿਆਸਤਦਾਨ ਨੇ, ਚਾਹੇ ਕੋਈ ਹੋਵੇ, ਚਾਹੇ ਰਾਜਾ ਵੜਿੰਗ ਹੋਵੇ, ਚਾਹੇ ਨਵਜੋਤ ਸਿੱਧੂ ਹੋਵੇ, ਚਾਹੇ ਜਿਹੜਾ ਹੂਸ ਹੋਇਆ ਫਿਰ ਜੋ ਵੀ ਹੋਵੇ, ਜਦੋਂ ਸਿਆਸਤਦਾਨ ਬਿਆਨ ਦੇਣ ਲੱਗਦਾ ਉਹ ਕਦੇ ਵੀ ਸੰਜੀਦਗੀ ਨਾਲ ਬਿਆਨ ਨਹੀਂ ਦਿੰਦਾ, ਉਹ ਰਿਐਕਸ਼ਨ 'ਚ ਬਿਆਨ ਦਿੰਦਾ। ਉਹ ਜਦੋਂ ਅਖਬਾਰਾਂ ਵਾਲਿਆਂ ਨੇ ਉਹਨੂੰ ਕੁਐਸਚਨ ਕੀਤਾ ਅਤੇ ਉਸਦੇ ਰਿਐਕਸ਼ਨ 'ਚ ਉਹਨੇ ਬਿਨਾਂ ਨਾਂ ਲੈ ਬਿਆਨ ਕਰ ਦਿੱਤਾ। ਪਰ ਮੈਂ ਤੁਹਾਨੂੰ ਇੱਕ ਗੱਲ ਸਾਫ਼ ਕਹਿਣੀ ਚਾਹੁੰਦਾ ਕਿ ਹਰ ਪਾਰਟੀ ਦਾ ਆਪਣਾ ਸੰਵਿਧਾਨ ਹੁੰਦਾ, ਆਪਣਾ ਅਨੁਸ਼ਾਸਨੀ ਕਮੇਟੀ ਹੁੰਦੀ ਆ, ਹਰ ਕੰਮ ਆ ਜਿਹੜਾ ਕਿਸੇ ਸਿਸਟਮ ਨਾਲ ਕੀਤਾ ਜਾਂਦਾ। ਈਵਨ ਜੇ ਮੈਂ ਕਹਾਂ ਬਈ ਜਿਹੜਾ ਖੜਗੇ ਹੈ ਉਹ ਵੀ ਸਿੱਧਾ ਨਵਜੋਤ ਸਿੱਧੂ ਨੂੰ ਇੱਦਾਂ ਕੱਢ ਨਹੀਂ ਸਕਦਾ, ਉਹਦਾ ਇੱਕ ਸਿਸਟਮ ਹੈ। ਉਹ ਰਾਜਾ ਵੜਿੰਗ ਦਾ ਅਧਿਕਾਰ ਖੇਤਰ ਪ੍ਰਧਾਨ ਦਾ ਇਹ ਹੈ ਬਈ ਉਹ ਆਪਣੀ ਰਿਕਮੈਂਡੇਸ਼ਨ ਹਾਈ ਕਮਾਂਡ ਨੂੰ ਭੇਜ ਦੇਵੇ, ਪਰ ਉਹ ਰਿਕਮੈਂਡੇਸ਼ਨ ਲਈ ਵੀ ਕੋਈ ਤੱਥ ਚਾਹੀਦੇ ਨੇ, ਤੱਥਾਂ 'ਤੇ ਰਿਕਮੈਂਡੇਸ਼ਨ ਦੇ ਦੇਵੇ, ਫਿਰ ਉਹਨਾਂ ਦੀ ਡਿਸਿਪਲਿਨਰੀ ਕਮੇਟੀ ਦੇਖੇਗੀ, ਫਿਰ ਉਹ ਫੈਸਲਾ ਕਰੇਗੀ। ਇਹ ਠੀਕ ਹੈ, ਇਹੋ ਜਿਹੇ ਬਿਆਨ ਜਿਹੜੇ ਨੇ ਬਹੁਤ ਪਹਿਲਾਂ ਵੀ ਰਾਜਾ ਵੜਿੰਗ ਤੋਂ ਪਹਿਲਾਂ ਜਿਹੜੇ ਪ੍ਰਧਾਨ ਆਉਂਦੇ ਰਹੇ ਨੇ ਉਹਨਾਂ ਦੇ ਵੀ ਆਉਂਦੇ ਰਹੇ ਨੇ, ਉਹ ਕਰਦੇ ਰਹੇ। ਹੁਣ ਮਹਾਰਾਣੀ ਪ੍ਰਨੀਤ ਕੌਰ ਬਾਰੇ ਹੀ ਤੁਸੀਂ ਦੇਖ ਲਓ ਕਿੰਨੀ ਦੇਰ ਲਟਕਦਾ ਰਿਹਾ ਕੇਸ, ਜਿਹੜੇ ਪੰਜਾਬ ਦੇ ਇੰਚਾਰਜ ਸੀ ਉਹ ਵੀ ਕਹਿੰਦੇ ਰਹੇ ਵੀ ਅਸੀਂ ਵਿਚਾਰ ਰਹੇ ਹਾਂ ਹਾਈ ਕਮਾਂਡ, ਕਿੰਨੀ ਦੇਰ ਲਾਤੀ, ਇਹ ਛੇਤੀ ਕੀਤਾ ਨਹੀਂ ਕੱਢਦੇ। ਅਤੇ ਨਾ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਕਾਂਗਰਸ ਦੇ ਇਸ ਟਾਈਮ ਕਾਂਗਰਸ ਦੀ ਸਮਰੱਥਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਕੱਢ ਦੇਣ, ਬੇਸ਼ੱਕ ਉਸ ਨੇ ਪਾਰਟੀ ਦਾ ਉਹ ਹਾਲ ਕਰਨਾ, ਮੈਂ ਕਹਿਣ ਕੋਈ ਝਿਜਕ ਨਹੀਂ ਮਹਿਸੂਸ ਕਰਦਾ ਜੋ 2022 ਦੀਆਂ ਇਲੈਕਸ਼ਨਾਂ 'ਚ ਹੋਇਆ ਸੀ। ਕਾਂਗਰਸ ਪਾਰਟੀ ਹੈ ਕਿੱਥੋਂ ਅਤੇ ਕਿੱਥੇ ਪਹੁੰਚ ਗਈ, ਪਾਰਲੀਮੈਂਟ 'ਚ ਵੀ ਉਹੀ ਹੋਏਗਾ, ਅਸੈਂਬਲੀ 'ਚ ਵੀ ਹੋਏਗਾ। ਜੇ ਕਾਂਗਰਸ ਪਾਰਟੀ ਨੇ ਕੋਈ ਅਨੁਸ਼ਾਸਨ ਸਾਰੇ ਲੀਡਰਾਂ ਲਈ, ਇਕੱਲੇ ਨਵਜੋਤ ਸਿੱਧੂ ਲਈ ਨਹੀਂ, ਜਿਹੜੇ ਬਾਕੀ ਲੀਡਰ ਵੀ ਬੋਲਦੇ ਨੇ ਉਹਨਾਂ ਨੂੰ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ। ਜੇ ਉਹ ਇੱਦਾਂ ਬੋਲਣਗੇ ਤਾਂ ਉਹਦਾ ਐਕਸ਼ਨ ਹਾਈ ਕਮਾਂਡ ਕਰੇਗੀ। ਜਿਹੜਾ ਤੁਸੀਂ ਬੜੈ ਸਾਹਿਬ ਸਵਾਲ ਕੀਤਾ, ਇਹਦੇ ਅਰਥ ਜ਼ਰੂਰ ਬਹੁਤ ਵੱਡੇ ਨੇ, ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਇਹ
ਰਾਜਾ ਬੜਿੰਗ ਦੇ ਇਖਤਿਆਰ ਵਿੱਚ ਨਹੀਂ ਹੈ, ਇਹ ਹਾਈ ਕਮਾਂਡ ਕਰੇਗੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।